ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਰ ਸਨਬ ਜੀ ਕੀ ਹਾਲ ਚਾਲ ਹੈ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਹੋਰ ਸੋਹਣੇ ਸੋਹਣੇ ਸੂਟ ਰੰਗ ਡਿਜ਼ਾਈਨ ਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਸੀਂ ਬਣਵਾਉਣਾ ਚਾਹੁੰਦੇ ਹੋ ਜੀ ਸਕਰੀਨ ਦੇ ਉੱਪਰ ਮੇਰਾ ਵਟਸਐਪ ਦਾ ਨੰਬਰ ਤੁਹਾਨੂੰ ਦਿਖਾਈ ਦੇਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਆਰਡਰ ਕਰ ਸਕਦੇ ਹੋਗੇ ਤੇ ਮੈਂ ਕੋਸ਼ਿਸ਼ ਕਰੂੰਗੀ ਵੀ ਇਹਨਾਂ ਦੇ ਪ੍ਰਾਈਸ ਸਕਰੀਨ ਦੇ ਉੱਪਰ ਮੈਂਸ਼ਨ ਕਰਦਾ ਜੇ ਪ੍ਰਾਈਸ ਮੈਂਸ਼ਨ ਹੋਏ ਤਾਂ ਠੀਕ ਹੈ ਜੀ ਨਹੀਂ ਤੁਸੀਂ ਮੈਨੂੰ WhatsApp ਕਰਕੇ ਪੁੱਛ ਸਕਦੇ ਹੋ ਠੀਕ ਹੈ ਤੇ ਤੁਸੀਂ ਇਹ ਸੂਟ ਤੁਸੀਂ ਸਾਡੇ ਤੋਂ ਸਲਾਈ ਕਰਕੇ ਵੀ ਮੰਗਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜੇ ਕੋਈ ਸਾਡਾ ਡਿਜ਼ਾਈਨ ਪਸੰਦ ਹੈ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਪਸੰਦ ਆਈ ਤੁਸੀਂ ਉਸ ਤਰ੍ਹਾਂ ਅਸੀਂ ਤੁਹਾਡੀ ਪਸੰਦ ਅਨੁਸਾਰ ਕੰਮ ਕਰਕੇ ਦੇਵਾਂਗੇ ਕਿਸੇ ਕੋਈ ਵੀ ਫੈਬਰਿਕ ਤੁਸੀਂ ਕਿਸ ਤਰ੍ਹਾਂ ਦਾ ਵੀ ਕੱਪੜਾ ਸਾਡੇ ਤੋਂ ਹਨਾ ਮੁਕਵਾਉਣਾ ਚਾਹੁੰਦੇ ਹੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਜਿਸ ਤਰ੍ਹਾਂ ਹੁਣ ਕੋਈ ਬੈਲਵਰਟ ਦਾ ਤੁਹਾਨੂੰ ਡਿਜ਼ਾਈਨ ਪਸੰਦ ਆ ਗਿਆ ਹਨਾ ਤੁਸੀਂ ਚਾਹੁੰਦੇ ਹੋ ਵੀ ਇਹਨੂੰ ਕਿਸੇ ਆਪਾਂ ਹੋਰ ਕ੍ਰੇਪ ਤੇ ਜਾਂ ਸ਼ਿਮਰ ਤੇ ਟਿਸ਼ੂ ਕੋ ਬਸਲ ਕੋ ਕੁਝ ਵੀ ਕਿਸੇ ਵੀ ਸਿਲਕ ਤੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤੇ ਬਣਵਾ ਸਕਦੇ ਹੋ ਬਹੁਤ ਸਾਰਾ ਫੈਬਰਿਕ ਆਪਣੇ ਕੋਲ ਸਾਰੀ ਤਰ੍ਹਾਂ ਦਾ ਹੈਗਾ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਵੀ ਕਿਹੜੇ ਤੇ ਮਹਿੰਗਾ ਸਸਤਾ ਪਊਗਾ ਇਹ ਤੁਹਾਨੂੰ ਰਿਪਲਾਈ ਮਿਲ ਜੂਗਾ ਇੱਕ ਹੱਥ ਬਣ ਕੇ ਰਿਕੁਐਸਟ ਹੈ ਪਲੀਜ਼ ਕਾਲ ਨਾ ਕਰਿਓ ਸਿਰਫ ਵਟਸਐਪ ਤੇ ਮੈਸੇਜ ਕਰਿਓ ਮੈਂ ਤੁਹਾਨੂੰ ਜੇ ਤੁਸੀਂ ਕੋਈ ਜ਼ਰੂਰੀ ਗੱਲ ਕਰਨੀ ਆ ਮੈਂ ਤੁਸੀ ਮੈਸੇਜ ਛੱਡ ਦੋ ਵੀ ਇਸ ਸੰਬੰਧੀ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਮੈਂ ਤੁਹਾਨੂੰ ਟਾਈਮ ਦੇ ਦੂੰਗੀ ਜੇ ਵੀ ਇਸ ਟਾਈਮ ਤੁਸੀਂ ਕਾਲ ਕਰ ਲਿਓ ਪਰ ਸਿਰਫ ਮੈਸੇਜ ਤੇ ਗੱਲ ਕਰੋ ਪਲੀਜ਼ ਰਿਕਵੈਸਟ ਹੈ ਕਿਉਂਕਿ ਤੁਹਾਡੇ ਮੈਸੇਜ ਆ ਲਈ ਤਾਂ ਮੇਰੇ ਯਾਦ ਰਹੂਗਾ ਆਪਾਂ ਫੋਨ ਤੇ ਕੀ ਗੱਲ ਕਰਦੇ ਨਹੀਂ ਯਾਦ ਰਹਿੰਦਾ ਹੱਥ ਤੁਹਾਨੂੰ ਜੀ 7 700 8 800 ਮਿਸ ਕਾਲਸ ਹੋ ਜਾਂਦੀਆਂ ਨੇ ਨਾ ਆਪਾਂ 700 800 ਬੰਦੇ ਨਾਲ ਦਿੱਲੀ ਕੰਮ ਕਰ ਗੱਲ ਕਰ ਸਕਦੇ ਹਾਂ ਫਿਰ ਘਰ ਦੇ ਕੰਮ ਲੈ ਜਿਹੜੇ ਆਪਣੇ ਰਹਿ ਜਾਂਦੇ ਨੇ ਇਸ ਕਰਕੇ ਤੁਸੀਂ ਭੈਣ ਬਣ ਕੇ ਸਮਝੋ ਇਸ ਗੱਲ ਨੂੰ ਉਨ ਜਿੰਨਾ ਹੋ ਸਕਦਾ ਤੁਸੀਂ ਮੈਨੂੰ WhatsApp ਤੇ ਆਰਡਰ ਕਰੋ ਠੀਕ ਹੈ ਚਲੋ ਜੀ ਆਪਾਂ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ ਤੁਹਾਨੂੰ ਤੇ ਇਹਨਾਂ ਸਾਰੇ ਸੂਟਾਂ ਦੇ ਡਿਜ਼ਾਈਨ ਤੁਹਾਨੂੰ Instagram ਤੇ ਮਿਲ ਜਾਣਗੇ Instagram ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਜਾਂ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਉੱਥੇ ਲਿਖਿਆ ਹੋਇਆ ਸ਼ੋਅ ਹੋ ਰਿਹਾ ਜਵੰਦਾ.ਗੁਰਮੀਤ ਮੇਰੀ Instagram ਦੀ ਆਈਡੀ ਹੈ ਤੇ ਜੇ ਤੁਸੀਂ ਮੈਨੂੰ ਫੇਸਬੁੱਕ ਪੇਜ ਤੋਂ ਵੇਖਦੇ ਹੋ ਪਿੰਡ ਪੰਜਾਬ ਦੇ ਪੇਜ ਤੋਂ ਜੇ ਤੱਕ ਫੋਲੋ ਨਹੀਂ ਕਰਿਆ ਪਲੀਜ਼ ਫੋਲੋ ਜ਼ਰੂਰ ਕਰ ਲਿਓ ਜੀ ਵੇਖਦੇ ਹੋ ਜੀ ਮੈਨੂੰ YouTube ਚੈਨਲ ਪੰਜਾਬੀ ਕੋਰਨਰ ਤੋਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਕਮੈਂਟਸ ਦੇ ਵਿੱਚ ਆਪਣੀ ਆਪਣੀ رائے ਜ਼ਰੂਰ ਦਿਓ ਸਭ ਤੋਂ ਪਹਿਲਾਂ ਆਪਾਂ ਸੂਟ ਤਿਆਰ ਕਰਿਆ ਜੀ ਬੈਲਬਰਟ ਦੇ ਉੱਪਰ ਨਮਰੂਨ ਚਾ ਸ਼ੇਡ ਹੈ ਇਹ ਬੈਲਬਰਟ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਇਹ ਲੋ ਜੀ ਇਹ ਆਪਾਂ ਤਿਆਰ ਕਰਿਆ ਹੋਇਆ ਬੈਲਬਰਟ ਦੇ ਉੱ ਠੀਕ ਹੈ ਇਹ ਇਹਦੇ neck ਦਾ ਕੰਮ ਆ ਗਿਆ ਜੀ ਤੇ ਇਹ ਗਲੀਆਂ ਜਾਂਦੀਆਂ ਨੇ ਬਹੁਤ ਸੋਹਣਾ neck ਬਣਿਆ ਹੋਇਆ ਇੱਥੇ ਤੇ ਇਹਦੇ ਵਿੱਚ ਬੁੱਟੀ ਦਿੱਤੀ ਹੋਈ ਆਪਾਂ ਇਹਦੇ ਵਿੱਚ ਵਿੱਚ ਬੁੱਟੀ ਹੈਗੀ ਇਸ ਤਰ੍ਹਾਂ ਇਹ ਦੇਖੋ ਸਾਰਾ ਕੰਮ ਹੈ ਜੀ ਇਹ ਹੈਂਡ ਦਾ ਆਪਾਂ ਹੈਂਡਵਰਕ ਦਾ ਬਣਾਇਆ ਜੇ ਤੁਸੀਂ ਇਹਨੂੰ ਚਾਹੁੰਦੇ ਹੋ ਹਨਾ ਵੀ ਅਸੀਂ ਰੇਟ ਘੱਟ ਕਰਨਾ ਹੈਗਾ ਤਾਂ ਤੁਸੀਂ ਇਹਨੂੰ ਆਰੀ ਦੇ ਵਿੱਚ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਆਰੀ 'ਚ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਕੰਮ ਕਰਿਆ ਹੋਇਆ ਹੈਗਾ ਸਾਰਾ ਕੰਮ ਹੈ ਜਿਹੜਾ ਹੈਂਡ ਦਾ ਕੰਮ ਤੁਹਾਨੂੰ ਸਾਰਾ ਸਾਫ ਸੁਥਰਾ ਮਿਲੂਗਾ ਜੀ ਬਿਲਕੁਲ ਨੀਟ ਐਂਡ ਕਲੀਨ ਕੰਮ ਮਿਲੂਗਾ ਸਾਰਾ ਹੱਥ ਦਾ ਕੰਮ ਹੈ ਇਹ ਸਾਰਾ ਤੇ ਜਿਹੜੀ ਬੈਲਵਟ ਹੈ ਉਹ ਵੀ ਵਧੀਆ ਮਿਲੂਗੀ ਜਿਹੜਾ ਵੀ ਤੁਹਾਨੂੰ ਕਪੜਾ ਮਿਲੂਗਾ ਜੀ ਪ੍ਰੋਪਰ ਸਟੈਂਪ ਵਾਲਾ ਮਿਲੂਗਾ ਬਿਨਾ ਸਟੈਂਪ ਤੋਂ ਕੋਈ ਵੀ ਕਪੜਾ ਨਹੀਂ ਮਿਲੂਗਾ ਲਓ ਜੀ ਸਭ ਤੋਂ ਜ਼ਿਆਦਾ ਕੰਮ ਹੈਵੀ ਹੈਗਾ ਇਹਦੀ ਬਾਹਾਂਾਂ ਦੇ ਉੱਪਰ ਕਰਿਆ ਹੋਇਆ ਇਹ ਹੈਗਾ ਜੀ ਇਹਦੀ ਬਾਹਾਂਾਂ ਦਾ ਕੰਮ ਬਾਹਾਂ ਦੇ ਉੱਪਰ ਬਹੁਤ ਜ਼ਿਆਦਾ ਹੈਵੀ ਕੰਮ ਹੈ। ਕਮੀਜ਼ ਤੇ ਘੱਟ ਹੈਗਾ। ਸਭ ਤੋਂ ਜ਼ਿਆਦਾ ਕੰਮ ਹੈਵੀ ਬਾਹਾਂ ਦਾ ਹੀ ਹੈ। ਦੇਖੋ। ਇਹ ਹੈਗਾ ਜੀ ਬਾਹਾਂ ਦੇ ਉੱਪਰ ਕੰਮ। ਚਿੜੀਆਂ ਪਾਈਆਂ ਹੋਈਆਂ ਨੇ ਦੋ ਸਪੈਰੋ ਨੇ ਇੱਥੇ। ਮੋਰ ਨੇਕ ਚਿੜੀਆਂ ਨੇ ਨਹੀਂ ਪਤਾ ਲੱਗਦਾ। ਮੋਰਨੀਆਂ ਲੱਗਦੀਆਂ ਨੇ ਲੰਬੀ ਤੋਂ ਹੋਣਾ ਨਾ। ਮੋਰਨੀਆਂ ਨੇ ਦੋ ਇਹ ਵਾਲੇ ਫੁੱਲਾਂ ਨੇ ਪਾਈ ਹੋਈ ਨੇ। देखो कितना प्यारा काम करदा लगदा है ते बेलबट ਦੇ ਉੱਪਰ ਤਾਂ ਨਾ ਹੈਂਡਵਰਕ ਹੀ ਜ਼ਿਆਦਾ ਸੋਹਣਾ ਲੱਗਦਾ ਜੀ ਬਾਕੀ ਤੁਹਾਡੀ ਮਰਜ਼ੀ ਹੈ ਨਾਰੀ ਵੀ ਕਰਵਾ ਸਕਦੇ ਹੋ ਪਰ ਜਿੰਨਾ ਬੈਲਬਟ ਦੇ ਉੱਪਰ ਹੈਂਡਵਰਕ ਸੋਹਣਾ ਲੱਗਦਾ ਉਹਨਾਂ ਨਹੀਂ ਕੋਈ ਕੰਮ ਚੱਚਦਾ ਲੋ ਜੀ ਇਹ ਹੈਗਾ ਆਪਣੀਆਂ ਬਾਵਾਂ ਦਾ ਕੰਮ ਤੁਸੀਂ ਸਲਵਾਰ ਤੇ ਵੀ ਜ਼ਰੂਰ ਕਰਵਾ ਸਕਦੇ ਹੋ ਜੇ ਤੁਹਾਨੂੰ ਪਸੰਦ ਹੈ ਜੀ ਕੰਮ ਆਪਾਂ ਸਲਵਾਰ ਤੇ ਵੀ ਕਰਕੇ ਦੇਵਾਂਗੇ ਕਿਉਂਕਿ ਅਸੀਂ ਜਿਹੜਾ ਵੀ ਕੰਮ ਕਰਨਾ ਹੁੰਦਾ ਹੈ ਹਨਾ ਕਸਟਮਰ ਦੇ ਪਸੰਦ ਅਨੁਸਾਰ ਕਰਨਾ ਹੁੰਦਾ ਉਹਨਾਂ ਨੂੰ ਜੋ ਵੀ ਪਸੰਦ ਹੈ ਅਸੀਂ ਉਹੀ ਕੰਮ ਹੈ ਜਿਹੜਾ ਕਰਕੇ ਦਿੰਨੇ ਆ ਤੇ ਇਹਦੇ ਨਾਲ ਰੱਖਿਆ ਹੋਇਆ ਜੀ ਆਪਾਂ ਅਹ ਦੁਪੱਟਾ ਇਹਦਾ ਆਰਗੈਂਜਾ ਦਾ ਤੇ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਕਹਿੰਨੀ ਹੁੰਦੀ ਆ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਦੁਪੱਟਾ ਤੁਸੀਂ ਹੈਨਾ ਡਾਈ ਕਰਵਾਉਣਾ ਹੈਗਾ ਉਹ ਤੁਸੀਂ ਇਹਦੇ ਨਾਲ ਮੈਚਿੰਗ ਰੱਖਿਆ ਕਰੋ ਬੈਲਵਟ ਦੇ ਨਾਲ ਹੁਣ ਤੁਹਾਨੂੰ ਵੀ ਇੱਥੇ ਦਿਖਦਾ ਹੋਊਗਾ ਥੋੜਾ ਜਿਹਾ ਵੀਡੀਓ ਵਿੱਚ ਜਿਆਦਾ ਫਰਕ ਆ ਰਿਹਾ ਕਿਉਂਕਿ ਕੋਈ ਵੀ ਡਾਇਰ ਕਿੰਨਾ ਮਰਜੀ ਪੱਕਾ ਜੀ ਕੋਈ ਵੀ ਦੁਪੱਟਾ ਹੈਗਾ ਉਹ ਬੈਲਵਟ ਦੇ ਕਲਰ ਦਾ ਨਹੀਂ ਬਣਾ ਸਕਦਾ ਕਿਉਂਕਿ ਬੈਲਵਟ ਦੇ ਵਿੱਚ ਸ਼ਾਈਨ ਜਿਆਦਾ ਹੁੰਦੀ ਹੈ ਇਹਦੀ ਫਾਰੀ ਇਸ ਇਸ ਹਿਸਾਬ ਦੀ ਹੁੰਦੀ ਹੈ ਕੋਈ ਵੀ ਦੁਪੱਟਾ ਬਿਲਕੁਲ 100% ਇਹਦੇ ਨਾਲ ਆਪਾਂ ਮਲਾ ਨਹੀਂ ਸਕਦੇ 1921 ਦਾ ਫਰਕ ਪੈਂਦਾ ਰਹਿੰਦਾ ਹੈਗਾ ਪਰ ਵੀਡੀਓ ਵਿੱਚ ਜਿਆਦਾ ਫਰਕ ਦਿਖਦਾ ਹੈਗਾ ਇਸ ਕਰਕੇ ਮੇਰੀ ਰਿਕੁਐਸਟ ਹੁੰਦੀ ਹੈ ਜੀ ਬੀਤੂ ਸੀਨਾ ਇਹਦੇ ਨਾਲ ਮੈਚਿੰਗ ਦੁਪੱਟਾ ਕਰਿਆ ਕਰੋ ਜੀ ਮੇਂ ਅਬਰੂਨ ਕਲਰ ਹੈ ਹਨਾ ਤੁਸੀਂ ਇਹਦੇ ਵਿੱਚ ਇਹਦੇ ਨਾਲ ਕੋਈ ਜੈਲੋ ਦੁਪੱਟਾ ਕਰ ਲੈਂਦੇ ਹੋ ਕੋਈ ਵੀ ਕੰਟਰਾਸਟ ਜੋ ਤੁਹਾਨੂੰ ਪਸੰਦ ਸੀ ਬੇਬੀ ਪਿੰਕ ਬਹੁਤ ਸੋਹਣਾ ਲੱਗਦਾ ਉੰਜੇ ਵੀ ਸੋਹਣਾ ਲੱਗਦਾ ਇਹ ਵੀ ਕੰਟਰਾਸਟ ਵਰਗਾ ਹੀ ਬਣ ਜਾਂਦਾ ਬਾਕੀ ਤੁਹਾਡੀ ਮਰਜ਼ੀ ਹੈ ਅਸੀਂ ਤੁਹਾਡੀ ਪਸੰਦ ਤੇ ਕੰਮ ਕਰਨਾ ਆਲੇ ਦੁਆਲੇ ਆਪਾਂ ਇਹਨੂੰ ਖਿਚੜੀ ਗੋਟਾ ਦਿੱਤਾ ਹੋਇਆ ਇਸ ਤਰ੍ਹਾਂ ਤੇ ਸੈਂਟਰ ਦੇ ਵਿੱਚ ਦੋ ਇਹੇ ਕਲੀਆਂ ਪਾਈਆਂ ਹੋਈਆਂ ਨੇ ਲਓ ਜੀ ਔਰ organza ਦਾ ਦੁਪੱਟਾ ਨਾਲ ਬਹੁਤ ਸੋਹਣਾ ਦੁਪੱਟਾ ਸਾਡਾ ਸਟਾਫ ਤੁਹਾਨੂੰ ਵਧੀਆ ਮਿਲੂ ਚਾਹੇ ਸੌਫਟ organza ਲੈ ਲੂ ਚਾਹੇ ਪਿਓਰ organza ਲੈ ਲੂ ਲੋ ਜੀ ਜੇ ਤੁਹਾਨੂੰ ਪਸੰਦ ਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਆਰਡਰ ਕਰ ਸਕਦੇ ਹੋ ਸਕਰੀਨ ਦਾ ਸ਼ਾਟ ਸੂਟ ਦਾ ਸਕਰੀਨ ਸ਼ਾਟ ਲੈ ਲਓ ਤੁਸੀਂ ਤੇ ਇਹ ਸੂਟ ਹੈਗਾ ਜੀ ਆਪਣਾ ਬਣਾਇਆ ਹੋਇਆ ਜਿਹੜਾ ਨੈਕਸਟ ਸੂਟ ਹੈ ਸ਼ਿਮਰ ਤੇ ਟਿਸ਼ੂ ਸ਼ਿਮਰ ਬਿਲਕੁਲ ਨਵਾਂ ਫੈਬਰਿਕ ਆ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਸੋਨਾ ਵੀ ਲੱਗਦਾ ਹੈ ਤੇ ਪਰ ਸੂਟ ਬਣੀ ਕੋਈ ਬਹੁਤ ਸੋਹਣੇ ਲੱਗਦੇ ਨੇ ਲੋ ਜੀ ਠੀਕ ਹੈ ਜੀ ਲੋ ਜੀ ਇਹ ਪੂਰੇ ਕਮੀਜ਼ ਤੁਹਾਨੂੰ ਹੈਵੀ ਲੁੱਕ ਦੇਊਗਾ ਇਹ ਵਾਲਾ ਉੱਪਰ ਨੂੰ ਇਹ ਕਲੀਆਂ ਜਾਂਦੀਆਂ ਨੇ ਜਿਹਦੇ ਵਿੱਚ ਆਪਾਂ ਫੁੱਲ ਪਾਇਆ ਵਾਈਟ ਤਾਂ ਅੱਗੇ ਦੇ ਨਾਲ ਇਹ ਨੈੱਕ ਦਾ ਕੰਮ ਆ ਗਿਆ ਤੇ ਇੱਥੇ ਸੈਂਟਰ ਦੇ ਵਿੱਚ ਤਿੰਨ ਫਲਾਰ ਆ ਗਏ ਬਾਲੇ ਇਹ ਤੁੱਕੀਰੇ ਤੁੱਕ ਉਰ ਐਸ ਤਰ੍ਹਾਂ ਦਾ ਬਹੁਤ ਸੋਹਣਾ ਕੰਮ ਹੈ ਜੀ ਸ਼ਾਨਦਾਰ ਕੰਮ ਹੈ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਆਪਣੀ ਮਰਜ਼ੀ ਦੇ ਅਨੁਸਾਰ ਕਰਵਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹੈਗਾ ਸਾਰਾ ਕੰਮ ਅਸੀਂ ਤੁਹਾਡੀ ਪਸੰਦ ਦੇ ਅਨੁਸਾਰ ਕਰਕੇ ਦੇਵਾਂਗੇ ਠੀਕ ਹੈ ਜੇ ਤੁਹਾਨੂੰ ਪਸੰਦ ਆ ਜੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਤੇ ਇਹ ਬਣਾਇਆ ਹੋਇਆ ਜੀ ਆਪਾਂ ਟਿਸ਼ੂ ਫਿਮਰ ਦੇ ਉੱਪਰ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਉਹ ਸੌਰੀ ਆ ਰੱਖਿਆ ਹੋਈ ਹੈਗੀ ਬਾਹਮਾ ਦਾ ਬਕਸਾ ਅੰਦਰ ਕਰਿਆ ਹੋਇਆ ਇਹ ਆਪਣੀ ਬਾਹ ਦੀ ਉੱਪਰ ਕੰਮ ਆ ਜੂਗਾ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਇਹ ਵੀ ਨਾਲ ਵੀ ਇਹੀ ਪ੍ਰੋਬਲਮ ਆਉਂਦੀ ਹੁੰਦੀ ਹੈ ਵੀ ਜਿਹੜਾ ਹਨਾ ਦੁਪੱਟਾ ਹੁੰਦਾ ਹੈਗਾ ਬਿਲਕੁਲ 100% ਨਾਲ ਮੈਚਿੰਗ ਨਹੀਂ ਕਰਦਾ ਹੁੰਦਾ ਜੇ ਆਪਾਂ ਨਾਰਮਲ ਚਨੂਨ ਦੇ ਦੁਪੱਟੇ ਜਾਂ ਕਸ ਦੇ ਵੀ ਲਾਉਣੇ ਆ ਇਹ ਆਪਾਂ ਦੁਪੱਟਾ ਜਿਹੜਾ ਲਾਇਆ ਹੈਗਾ ਇਹਦਾ ਦੁਪੱਟਾ ਹੀ ਲਾਇਆ ਆਪਾਂ ਐ ਸ਼ਿਮਰਦਾਈ ਦੁਪੱਟਾ ਲਾਇਆ ਤਾਂ ਕਰਕੇ ਇਹ 100% ਮੈਚਿੰਗ ਕਰ ਲਿਆ ਕਿਉਂਕਿ ਜੀ ਇਹਦੇ ਵਿੱਚ ਵੀ 골ਡਨ ਹੁੰਦਾ ਹੈ ਹਨਾ ਤੁਸੀਂ ਇਹਦੇ ਨਾਲ ਜੇ ਸੂਟ ਨਾਲ ਦਾ ਦੁਪੱਟਾ ਲਾਉਂਗੇ ਤਾਂ ਉਹ ਕੋਈ ਵੀ ਜਿਹੜਾ ਕੜਾਈ ਦੇ ਵਿੱਚ ਫੁੱਲ ਆ ਤੁਸੀਂ ਉਹ ਦੁਪੱਟਾ ਰੱਖਿਓ ਕਿਉਂਕਿ ਜੇ ਤੁਸੀਂ ਇਹਨੂੰ ਸੂਟ ਨਾਲ ਦਾ ਦੁਪੱਟਾ ਡਾਈ ਕਰਵਾਉਣਾ ਤਾਂ ਤੁਸੀਂ ਉਹੀ ਤਾਂ ਤੁਸੀਂ ਇਹ ਸ਼ਿਮਰ ਦਾ ਦੁਪੱਟਾ ਕਰਵਾ ਲਓ ਟਿਸ਼ੂ ਸ਼ਿਮਰ ਬੋਲਦੇ ਨੇ ਇਹਨੂੰ ਤੇ ਇਹ ਦੁਪੱਟਿਆਂ ਲਈ ਵੀ ਫੈਬਰਿਕ ਆਉਂਦਾ ਤੇ ਸੂਟਾਂ ਦੇ ਲਈ ਵੀ ਆਉਂਦਾ ਆਪਾਂ ਇੱਥੇ ਦੁਪੱਟਾ ਇਹਨੂੰ ਨਾਲ ਕਰਨਾ ਸੀ ਇਸ ਕਰਕੇ ਆਪਾਂ ਟਿਸ਼ੂ ਸ਼ਿਮਰ ਦਾ ਦੁਪੱਟਾ ਰੱਖਿਆ ਲੋ ਜੀ ਜੇ ਤੁਹਾਨੂੰ ਪਸੰਦ ਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈਗਾ ਠੀਕ ਹੈ ਲੋਚ ਚਲੋ ਜੀ ਆਪਾਂ ਨੈਕਸਟ ਦਿਖਾਉਣਾ ਹੈ ਤੁਹਾਨੂੰ ਨੈਕਸਟ ਸੂਟ ਆਪਾਂ ਕਰਿਆ ਹੋਇਆ ਜੀ ਨੇਚਰਲ ਕ੍ਰੇਪ ਦੇ ਉੱਪਰ ਇਹ ਆਪਾਂ ਕਰਿਆ ਹੋਇਆ ਹੈਗਾ ਹੈਂਡਵਰਕ ਦਾ ਸੂਟ ਇਹ neck ਦਾ ਕੰਮ ਆ ਗਿਆ ਇਹ ਵਾਲਾ ਕੰਮ ਆ ਜਿਹੜਾ neck ਦੇ ਉੱਪਰ ਕਰਿਆ ਹੋਇਆ ਤੇ ਨਾ ਇਹਦੇ ਵਿੱਚ ਕਮੀਜ਼ ਦੇ ਵਿੱਚ ਕਿਤੇ ਕੰਮ ਹੈ ਜੀ ਨਾ ਘੇਰ ਦੇ ਉੱਪਰ ਕੰਮ ਹੈ ਇੱਕ ਇਹ neck ਦਾ ਕੰਮ ਹੈ ਤੇ ਇਹ ਹੈਗਾ ਜੀ ਸਲਵਾਰ ਦਾ ਸੌਰੀ ਬਾਹਾਂ ਦਾ ਕੰਮ ਬਾਹਾਂ ਦੇ ਉੱਪਰ ਵੀ ਤੁਹਾਨੂੰ ਕਾਫੀ ਜ਼ਿਆਦਾ ਹੈਵੀ ਕੰਮ ਮਿਲੂਗਾ ਘੱਟ ਤੋਂ ਘੱਟ ਜੀ 6 ਇੰਚ ਦੇ ਵਿੱਚ ਇਹ ਬਾਹ ਹੈਗੀ ਹੈਗੀ ਹੈ ਨਾ 6-7 ਇੰਚ ਜਿਹੜਾ ਕੰਮ ਹੋਇਆ ਹੋਇਆ ਇਹਦੇ ਉੱਪਰ ਤੇ ਉਸ ਤੋਂ ਬਾਅਦ ਇਹ ਕੰਮ ਹੈਗਾ ਸਲਵਾਰ ਦਾ ਇਹ ਸਲਵਾਰ ਦੇ ਉੱਪਰ ਹੈ ਸਲਵਾਰ ਦੇ ਉੱਪਰ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਵੀ ਕੰਮ ਮਿਲੂ ਬਾਕੀ ਤੁਹਾਡੀ ਪਸੰਦ ਹੈ ਜੀ ਜੇ ਤੁਸੀਂ ਕਹੋਗੇ ਘੇਰ ਦੇ ਉੱਪਰ ਇਸ ਤੋਂ ਹਾਫ ਕੰਮ ਤੁਸੀਂ ਘੇਰ ਤੇ ਵੀ ਕਰਵਾ ਸਕਦੇ ਹੋ ਇੰਨਾ ਹੀ ਕਰਵਾਉਣਾ ਹੈਵੀ ਇੰਨਾ ਕਰਵਾ ਸਕਦੇ ਹੋ ਹ ਸਾਰਾ ਕੰਮ ਤੁਹਾਡੀ ਪਸੰਦ ਦੇ ਅਨੁਸਾਰ ਹੋਊਗਾ ਕੰਮ ਸਾਫ਼ ਸੁਥਰਾ ਮਿਲੂਗਾ ਸਾਰਾ ਤੁਹਾਨੂੰ ਹੈਂਡਵਰਕ ਦਾ ਕੰਮ ਹੈ ਦੇਖੋ ਕਿੰਨਾ ਪਿਆਰਾ ਹੋਇਆ ਹੋਇਆ ਨੈਚੁਰਲ ਕ੍ਰੇਪ ਦੇ ਦਿੱਤੇ ਕਰਿਆ ਹੋਇਆ ਜਿਹੜਾ ਰਸਟ ਜਾਂ ਸ਼ੇਡ ਹੈ ਇਹ ਜਿਹੜਾ ਡਾਰਕ ਔਰੇਂਜ ਕਹਾਂਗੇ ਜਾਂ ਰਸਟ ਸ਼ੇਡ ਤੇ ਬਹੁਤ ਸੋਹਣਾ ਦੇਖੋ ਕਿੰਨਾ ਪਿਆਰਾ ਲੱਗਦਾ ਹੈਗਾ ਇਹ ਸਲਵਾਰ ਦਾ ਕੰਮ ਆ ਗਿਆ ਠੀਕ ਹੈ ਜੀ ਤੇ ਇਹਦੇ ਨਾਲ ਰੱਖਿਆ ਹੋਇਆ ਜੀ ਆਪਾਂ ਚਨੂਨ ਦਾ ਦੁਪੱਟਾ ਤੇ ਜਿਹਨੂੰ ਆਪਾਂ ਖਿਚੜੀ ਗੋਟਾ ਲਾ ਕੇ ਤਿਆਰ ਕਰਿਆ ਹੋਇਆ ਅੱਗੇ ਤੁਹਾਡੀ ਮਰਜ਼ੀ ਹੈ ਤੁਹਾਨੂੰ ਖਿਚੜੀ ਗੋਟਾ ਨਹੀਂ ਪਸੰਦ ਤਾਂ ਤੁਸੀਂ ਹੋਰ ਲਗਵਾ ਸਕਦੇ ਹੋ ਵੈਸੇ ਟ੍ਰੈਂਡ ਦੇ ਵਿੱਚ ਹੈ ਹਨਾ ਖਿਚੜੀ ਗੋਟਾ ਜੇ ਅਸੀਂ ਕਸਟਮਰ ਕਹਿੰਦੇ ਨੇ ਸਾਡੀ ਖਿਚੜੀ ਗੋਟਾ ਲਾ ਤੋ ਆਪਾਂ ਉਹ ਲਾ ਦਿੰਨੇ ਆਂਗੇ ਹਰ ਕਿਉਂਕਿ ਇਹ ਅਸੀਂ ਹਰ ਕੰਮ ਹੈ ਜਿਹੜਾ ਹਨਾ ਕਸਟਮਰ ਦੀ ਪਸੰਦ ਦੇ ਅਨੁਸਾਰ ਕਰਨਾ ਹੁੰਦਾ ਹੈ ਲਓ ਜੇ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਆਰਡਰ ਕਰ ਸਕਦੇ ਹੋ ਪ੍ਰਾਈਸ ਵਗੈਰਾ ਪੁੱਛ ਲਈ ਆਰਡਰ ਕਰ ਦਿਓ ਠੀਕ ਹੈ ਚਲੋ ਜੀ ਆਪਾਂ ਨੈਕਸਟ ਫੁੱਟ ਦਿਖਾਉਣੀ ਆ ਤੁਹਾਨੂੰ ਕਾਟਨ ਦੇ ਉੱਪਰ ਜਿਸ ਤਰ੍ਹਾਂ ਹੁਣ ਅੱਗੇ ਸੀਜ਼ਨ ਆਊਗਾ ਤੁਸੀਂ ਇਹ ਵਾਲੀ ਕਾਟਨ ਤੇ ਜਰੂਰ ਕੰਮ ਕਰਵਾਓ ਇਹਦੇ ਵਿੱਚ ਕਈ ਕਲਰ ਹੈਗੇ ਨੇ ਤੇ ਜੇ ਇਹਦਾ ਕਲਰ ਚਾਰਟ ਮੈਨੂੰ ਮਿਲੇ ਇੱਥੇ ਮੈਂ ਲਾ ਦੂੰਗੀ ਬਹੁਤ ਸੋਹਣਾ ਕੱਪੜਾ ਹੈ ਕਾਟਨ ਦਾ ਲਓ ਜੀ ਇਸ ਤਰ੍ਹਾਂ ਦਾ ਪੂਰੇ ਕਮੀਜ਼ ਦੇ ਵਿੱਚ ਕੰਮ ਮਿਲੂਗਾ ਤੁਹਾਨੂੰ ਠੀਕ ਹੈ ਇਹ ਦੇਖੋ ਇਹ neck ਦਾ ਕੰਮ ਆ ਗਿਆ ਤੇ ਉੱਪਰ ਨੂੰ ਇਸ ਤਰ੍ਹਾਂ ਸੈਂਟਰ ਪੈਨਲ ਜਾਂਦਾ ਹੈਗਾ ਅੰਬੀਆਂ ਵਾਲਾ ਕੰਮ ਹੈ ਇਹਨੂੰ ਅੰਬੀ ਵਾਲਾ ਵਰਕ ਬੋਲਦੇ ਆ ਇਹ ਘੇਰ ਦੇ ਉੱਪਰ ਆਉਣਗੀਆਂ ਦੋ ਅੰਬੀਆਂ ਇਹ ਕਮਰ ਕੋਲੇ ਆ ਗਈਆਂ ਜੀ ਇਹ neck ਦਾ ਕੰਮ ਆ ਗਿਆ ਬਹੁਤ ਸੋਹਣਾ ਕੰਬੀਨੇਸ਼ਨ ਹੈ ਤੇ ਦੁਪੱਟਾ ਆਪ ਇਹਦੇ ਨਾਲ ਰੱਖਿਆ ਹੋਇਆ ਚਨੂਨ ਦਾ ਤੇ ਇਹ ਇਹ ਜਿਹੜਾ ਇਹ ਨਾ ਤਾਂ ਵਾਈਨ ਹੈ ਨਾ ਪਰਪਲ ਬਹੁਤ ਸੋਹਣਾ ਕਲਰ ਹੈਗਾ ਇਹ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਜੀ ਗੁੱਲਾ ਨਾਰੀ ਗੁੱਲਾ ਨਾਰੀ ਮੈਚਿੰਗ ਕਰੀ ਹੋਈ ਹੈ ਫਰਜ ਫਰੋਜੀ ਦੇ ਨਾਲ ਬਾਕੀ ਤੁਹਾਡੀ ਮਰਜ਼ੀ ਹੈ ਵਾਈਨ ਕਰਵਾਉਣਾ ਵਾਈਨ ਤਾਂ ਥੋੜਾ ਜਿਹਾ ਹਟਕੇ ਹੁੰਦਾ ਇਹ ਰ ਕੰਬੀਨੇਸ਼ਨ ਬਹੁਤ ਸੋਹਣਾ ਹੈਗਾ ਕਿਉਂਕਿ ਵਾਈਨ ਕੋਮਨ じゃ ਹੋ ਗਿਆ ਜੇ ਤੁਹਾਨੂੰ ਥੋੜਾ ਜਿਹਾ ਐਕਸਟਰਾ ਚਾਹੀਦਾ ਤੁਸੀਂ ਇਸ ਤਰ੍ਹਾਂ ਗੁੱਲਾ ਨਾਰੀ ਚ ਜਾ ਸਕਦੇ ਹੋ ਜਿਹੜੇ ਇਹਦੇ ਦਿਵਾਲੇ ਦਿਵਾਲੇ ਏਜ ਵਾਲਾ ਕੰਮ ਕਰਿਆ ਹੋਇਆ ਇਹ ਵਾਈਨ ਹੈ ਪਰ ਇਹ ਜਿਹੜਾ ਮੇਨ ਲੰਬੀ ਪਾਈ ਹੋਈ ਹੈ ਇਹ ਗੁੱਲਾ ਨਾਰੀ ਦੀ ਪਾਈ ਹੋਈ ਹੈ ਜਿਸ ਤਰ੍ਹਾਂ ਦਾ ਪੈਕੜੀ ਦਾ ਫੁੱਲ ਉਹ ਥੋੜਾ ਜਿਹਾ ਜ਼ਿਆਦਾ ਬ੍ਰਾਈਟ ਹੁੰਦਾ ਉਸ ਟਾਈਪ ਦਾ ਹੀ ਲੋ ਜੀ ਇਹ ਬਾਮਾ ਦਾ ਕੰਮ ਆ ਗਿਆ ਪੂਰੇ ਕਮੀਜ਼ ਦਾ ਕੰਮ ਆ ਗਿਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਸਕਰੀਨ ਸ਼ਾਟ ਲੈ ਲਓ ਇਹ ਨਾਰਮਲ ਰੇਂਜ ਦੇ ਕੱਪੜੇ ਨੇ ਜੀ ਬਹੁਤ ਸੋਹਣਾ ਸਟੱਫ ਤੁਹਾਨੂੰ ਦੁਪੱਟੇ ਦਾ ਮਿਲੂਗਾ ਬਹੁਤ ਸੋਹਣਾ ਤੁਹਾਨੂੰ ਫੈਬਰਿਕ ਆ ਜਿਹੜਾ ਸੂਟ ਦਾ ਮਿਲੂਗਾ ਤੇ ਇਹੀ ਜੇ ਤੁਸੀਂ ਸੁਝਾ ਕੇ ਵੱਡੇ ਬੁਟੀਕਾਂ ਦੇ ਵਿੱਚ ਜਿਹੜੇ ਪੁਰਾਣੇ ਬੁਟੀਕ ਬਹੁਤ ਬਹੁਤ ਸਾਲਾਂ ਦੇ ਹਨ ਵੱਡੇ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਨੇ ਤੁਸੀਂ ਇਹੀ ਸੂਟ ਦਿਖਾ ਰਹੇ ਨੇ ਉਹ ਮੈਂ ਦੇਖਿਆ ਨੇ ਕਈ ਵੀਡੀਓ ਇਹੀ ਫੈਬਰਿਕ ਦਿਖਾ ਰਹੇ ਨੇ ਰੇਟ ਉਹਨਾਂ ਦੇ ਬਹੁਤ ਜ਼ਿਆਦਾ ਹਾਈ ਨੇ ਤੁਸੀਂ ਆਪਣਾ ਰੇਟ ਕਿਤੇ ਮਰਜ਼ੀ ਟਰਾਈ ਕਰ ਲਓ ਜੀ ਕੱਪੜਾ ਵੈਸਟ ਮਿਲੂਗਾ ਤੁਹਾਨੂੰ ਕਿਉਂਕਿ ਜਦੋਂ ਇੱਕ ਵਾਰੀ ਕਸਟਮਰ ਆਉਂਦਾ ਉਹਨੂੰ ਲੱਗਦਾ ਹੁੰਦਾ ਇਸ ਤਰ੍ਹਾਂ ਹਨਾ ਕਿਉਂਕਿ ਆਪ ਨੂੰ ਦੁਕਾਨ ਤੋਂ ਲੈਣ ਦੀ ਆਤ ਬਣੀ ਹੁੰਦੀ ਹੈ ਪਰ ਜਿਹੜੀਆਂ ਭੈਣਾਂ ਬੁਟੀਕ ਤੋਂ ਸੂਟ ਲੈਂਦੀਆਂ ਨੇ ਉਹ ਸਾਨੂੰ ਬਿਨਾਂ ਸੋਚੇ ਸਮਝੇ ਦੇ ਨਾਲ ਦੀ ਨਾਲ ਛੱਤੋਂ ਰੇਟ ਪੁੱ ਬੀ ਬਿਊਟੀਕਾਂ ਲੈ ਜਾਂਦਾ ਚਾਰਜ ਜਿਹੜੀ ਬਹੁਤ ਜ਼ਿਆਦਾ ਹੁੰਦੇ ਨੇ ਪਰ ਆਪਣਾ ਜਿਹੜਾ ਤੁਹਾਨੂੰ ਨੋਰਮਲ ਰੇਟ ਮਿਲੂਗਾ ਹਨਾ ਮੈਂ ਇਸ ਤਰ੍ਹਾਂ ਨਹੀਂ ਕਹਿੰਦੀ ਜੀ ਮੈਂ ਨਹੀਂ ਕਮਾਉਂਦੀ ਮੈਂ ਵੀ ਕਮਾਉਣੀ ਆ ਹਰ ਇਨਸਾਨ ਕਮਾਈ ਲਈ ਫਿਰਦਾ ਹਨਾ ਆਪਣੀ ਮਿਹਨਤ ਕਰਦੇ ਆ ਪਰ ਆਪਾਂ ਲਈ ਜਿਹੜੀ ਕਮਾਈ ਆ ਉਹ ਨੋਰਮਲ ਹੈ ਠੀਕ ਹੈ ਬਹੁਤ ਵਧੀਆ ਚੱਲੀ ਜਾਂਦਾ ਇਸ ਕਰਕੇ ਕੰਮ ਆਪਣੇ ਕੋਲੇ ਜ਼ਿਆਦਾ ਆ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੋ ਜੀ ਸਕਰੀਨ ਸ਼ਾਟ ਲੈ ਲਓ ਤੁਸੀਂ ਤੇ ਪਾਕਿਸਤਾਨੀ ਦੁਪੱਟਿਆਂ ਬਾਰੇ ਤੁਹਾਡੇ ਬਹੁਤ ਮੈਸੇਜ ਆਉਂਦੇ ਹੁੰਦੇ ਨੇ ਬਾਰੇ ਪਾਕਿਸਤਾਨੀ ਦੁਪੱਟੇ ਦਾ ਮੇਰੇ ਕੋਲ ਡਿਜ਼ਾਈਨ ਹੈਗਾ ਜਿਹੜੇ ਇੱਥੇ ਲਾ ਦੂੰਗੀ ਮੈਂ ਇਹ ਡਿਜ਼ਾਈਨ ਤੁਹਾਨੂੰ ਨਹੀਂ ਮਿਲਦਾ ਇਹ ਹੈਂਡ ਆਰਡਰ ਹੈ ਦਾ ਇਹਨਾਂ ਨੂੰ ਪਹਿਲਾਂ ਰਖਾ ਲਈ ਸੀ ਹੁਣ ਇਹ ਨਹੀਂ ਮਿਲਦੇ ਲੋ ਜੀ ਨੈਕਸਟ ਸੂਟ ਆਪਾਂ ਰੈਡੀ ਕਰਿਆ ਹੋਇਆ ਜੀ 오ਰਗੈਂਜਾ ਸੈਟਨ ਤੇ ਲੋ ਜੀ ਇਹ オーਗੈਂਜਾ ਸੈਟਨ ਦੇ ਉੱਪਰ ਆਪਾਂ ਇਹ ਵਾਲਾ ਕਰਿਆ ਹੋਇਆ ਤੇ ਇਹਦੇ ਵਿੱਚ ਟੂ ਟੋਨ ਦੀ ਤਰ੍ਹਾਂ ਨੇ ਥੋੜਾ ਜਿਹਾ ਪਤਲਾ ਹੁੰਦਾ ਜਿਸ ਤਰ੍ਹਾਂ ਟੂ ਟੋਨ ਕੱਪੜਾ ਹੈ ਇਹਦੇ ਵਿੱਚ ਟੂ ਟੂ ਨਹੀਂ ਹੁੰਦਾਗਾ ਬਹੁਤ ਸੋਹਣਾ ਕੱਪੜਾ ਹੈ ਵੀ ਤੁਸੀਂ ਇਹਤੇ ਕੰਮ ਕਰਵਾ ਸਕਦੇ ਹੋ ਵਾਈਨ ਸ਼ੇਡ ਦਾ ਸੂਟ ਹੈ ਜੀ ਤੇ ਕਲੀਆਂ ਵਾਲਾ ਡਿਜ਼ਾਈਨ ਹੈ ਜਦੋਂ ਮੈਂ ਆਪਣਾ ਬੁਟੀਕ ਦਾ ਕੰਮ ਸ਼ੁਰੂ ਕਰਿਆ ਸੀ ਮੈਂ ਡਿਜ਼ਾਈਨ ਤੋਂ ਕਰਿਆ ਸੀ ਇੱਕ ਸਾਡਾ ਹੋਰ ਫੇਮਸ ਡਿਜ਼ਾਈਨ ਹੈ ਮੈਂ ਸੇਮ ਕਲਰ ਲਵਾ ਕੇ ਸੇਮ ਕੱਪੜੇ ਤੇ ਸੇਮ ਕੰਮ ਕਰਵਾਇਆ ਸੀ ਉਸ ਤੋਂ ਬਾਅਦ ਇਹੀ ਮੈਨੂੰ ਬਾਰ-ਬਾਰ ਆਰਡਰ ਇਹ ਸੂਟਾਂ ਦੇ ਆ ਰਹੇ ਨੇ ਕੱਪੜਾ ਬਹੁਤ ਜ਼ਿਆਦਾ ਸੋਹ ਤੇ ਸੋਹਣਾ ਲੱਗੂ ਤੁਹਾਡੇ ਪਾਇਆ ਹੋਇਆ ਕਲਰ ਇਹਦੇ ਵਿੱਚ ਵਾਧੂ ਹੈਗੇ ਨੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਵੀ ਇਹਦੇ ਵਿੱਚ ਇਹ ਕਲਰ ਹੈਗਾਗਾ ਆਪੋ ਉਸ ਤੇ ਤੁਹਾਨੂੰ ਬਣਾ ਦਾਂਗੇ ਤੇਰੇ ਤੇ ਘੱਟ ਵਰਕ ਮਿਲੂਗਾ ਜੀ ਇੱਕ ਫੁੱਲ ਇੱਥੇ ਨਿੱਕੇ ਘੇਰੇ ਤੇ ਆ ਜਾਊਗਾ ਇਹ ਵਾਲਾ ਫੁੱਲ ਹੈ ਜਿਹੜਾ हिਪ ਤੋਂ ਥੋੜਾ ਜਿਹਾ हिਪ ਤੇ ਕਮਰ ਦੇ ਕੋਲ ਆ ਜਾਊਗਾ ਇੱਥੇ ਤੁਹਾਡਾ ਨੈਕ ਡਿਜ਼ਾਈਨ ਬਣੂਗਾ ਠੀਕ ਹੈ ਜੇ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਨਾ ਰੱਖਿਆ ਹੋਇਆ ਜੀ ਆਪਾਂ ਟਾਈ ਟਾਈ ਦੁਪੱਟਾ ਬਹੁਤ ਸੋਹਣਾ ਦੁਪੱਟਾ ਇਹਦੇ ਨਾਲ ਡਬਲ ਸ਼ੇਡ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਸਾਈਡਾਂ ਤੋਂ ਬੇਬੀ ਅੱਗੇ ਤੁਹਾਡੀ ਮਰਜ਼ੀ ਹੈ ਜੀ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹੈ ਅਸੀਂ ਹਰ ਕੰਮ ਹੈ ਜਿਹੜਾ ਤੁਹਾਡੀ ਪਸੰਦ ਦਾ ਕਰਕੇ ਦੇਣਾ ਹੈਗਾ ਕਿਉਂਕਿ ਜੇ ਅਸੀਂ ਹਰ ਕੰਮ ਤੁਹਾਡੀ ਪਸੰਦ ਦਾ ਕਰਕੇ ਦੇਣਾ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਸ ਤਰ੍ਹਾਂ ਨਾਲ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਠੀਕ ਹੈ ਲੋ ਜੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਚਲੋ ਠੀਕ ਹੈ ਜੀ ਮੈਂ ਕਈ ਸੂਟ ਵਿਖਾਈ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਰੰਗ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਹੋਣੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਠੀਕ ਹੈ ਜੀ ਫਿਰ ਆਪਾਂ ਨਵੇਂ ਵੀਡੀਓ ਦੇ ਨਾਲ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਨਾਲ ਮਿਲਦੇ ਆ ਤੇ ਵਾਹਿਗੁਰੂ ਅਰਦਾਸ ਕਰਦੇ ਆ ਬੀ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ ਜੀ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਹਟਾਉਂਦੇ ਰਹੋ ਠੀਕ ਹੈ ਜੀ ਫਿਰ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਨਾਲ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ